ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਅੱਜ 47ਵਾਂ ਜਨਮ ਦਿਨ ਹੈ। ਇਸ ਮੌਕੇ ਤੇ ਭਗਵੰਤ ਮਾਨ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਖੂਨਦਾਨ ਕਰਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਖੂਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਸੜਕ ਹਾਦਸੇ ਹੁੰਦੇ ਹਨ, ਸਰਜਰੀ ਹੁੰਦੀ ਹੈ। ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਖਾਸਕਰ ਜਦੋਂ ਖੂਨ ਦਾਨ ਕੀਤਾ ਜਾਂਦਾ ਹੈ ਤਾਂ ਨਵਾਂ ਖੂਨ ਬਣਦਾ ਹੈ, ਜਿਸ ਨਾਲ ਦਿਮਾਗ ਵਿੱਚ ਨਵੇਂ ਨਵੇਂ ਵਿਚਾਰ ਵੀ ਆਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਸੰਗਰੂਰ ਦੇ ਸਰਕਾਰੀ ਹਸਪਤਾਲ ਨੂੰ ਤੋਹਫ਼ੇ ਦੇ ਤੌਰ 'ਤੇ ਇੱਕ ਵੈਂਟੀਲੇਟਰ ਐਂਬੂਲੈਂਸ ਦੇਣ ਦਾ ਵੀ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਡਾਕਟਰਾਂ ਦੀ ਮੰਗ ਅਨੁਸਾਰ ਕੇਂਦਰੀ ਸਿਹਤ ਮੰਤਰੀ ਨਾਲ ਮਿਲ ਕੇ ਸੰਗਰੂਰ ਵਿੱਚ ਟਰੋਮਾ ਸੈਂਟਰ ਬਣਾਉਣ ਦੀ ਉਹ ਕੋਸ਼ਿਸ਼ ਕਰਨਗੇ। ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਐਕਸੀਡੈਂਟ, ਡੇਂਗੂ ਔਰ ਛੋਟੀ ਛੋਟੀ ਗੱਲ 'ਤੇ ਸਰਜਰੀ ਹੋ ਗਈਆਂ ਸ਼ੁਰੂ, ਤਾਂ ਖੂਨ ਦੀ ਬਹੁਤ ਲੋੜ ਰਹਿੰਦੀ ਹੈ ਬਲੱਡ ਬੈਂਕਾਂ ਨੂੰ ਜਿੰਨੀਆਂ ਵੀ ਹੈਗੀਆਂ। ਬਹੁਤ ਸਾਰੇ ਐਨ ਜੀ ਓਜ਼ ਕਰਦੇ ਵੀ ਨੇ, ਕੈਂਪ ਲਾਉਂਦੇ ਨੇ ਕਿਸੇ ਨਾ ਕਿਸੇ ਖਾਸ ਦਿਨ 'ਤੇ। ਸੋ ਅੱਜ ਮੈਂ ਆਪਣੇ ਬਰਥਡੇ 'ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਜ਼ਰੀਏ ਯੂਥ ਨੂੰ ਖਾਸ ਤੌਰ 'ਤੇ, ਕਿ ਕਈ ਵਾਰੀ ਇਸ ਤਰ੍ਹਾਂ ਦਾ ਗੱਲਾਂ ਜਾਂ ਅਫਵਾਹਾਂ ਬਣੀਆਂ ਹੋਈਆਂ ਨੇ ਖੂਨਦਾਨ ਦੇਣ ਨਾਲ ਪਤਾ ਨਹੀਂ ਕੋਈ ਕਮਜ਼ੋਰੀ, ਕੁਛ ਨਹੀਂ ਹੁੰਦਾ। 18 ਤੋਂ 60 ਸਾਲ ਦੇ ਵਿੱਚ ਕੋਈ ਵੀ ਬੰਦਾ ਖੂਨਦਾਨ ਕਰ ਸਕਦਾ, ਬਲਕਿ ਗੱਡੀਆਂ ਦਾ ਵੀ ਤੇਲ ਚੇਂਜ ਕਰਦੇ ਹਾਂ ਆਪਾਂ ਤਾਂ ਇਹ ਨਵਾਂ ਖੂਨ ਬਣਦਾ, ਤਾਂ ਫਿਰ ਨਵੇਂ ਆਈਡੀਏ ਵੀ ਆਉਂਦੇ ਹੋਣਗੇ। ਸੋ ਜਨਮਦਿਨ 'ਤੇ ਜੇ ਇੱਕ ਕੋਸ਼ਿਸ਼ ਕਰ ਲਓ ਕਿ ਸਾਲ 'ਚ ਇੱਕ ਵਾਰੀ ਹੁੰਦਾ ਤਾਂ ਫਿਰ ਅਤੇ ਬਲੱਡ ਡੋਨੇਟ ਕਰੋ, ਤਾਂ ਕਿਸੇ ਹੋਰ ਦੀ ਜਾਨ ਬਚਾਉਣ 'ਚ ਤੁਹਾਡਾ ਹਿੱਸਾ ਪੈ ਸਕਦਾ, ਇਨਸਾਨੀਅਤ ਦੇ ਨਾਤੇ ਫਰਜ਼ ਬਣਦਾ। ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ, ਐਸ ਐਮ ਓ ਸਾਹਿਬ ਨਾਲ, ਅਤੇ ਸੰਗਰੂਰ ਦੇ ਇਸ ਹੋਸਪਿਟਲ ਦੇ ਵਿੱਚ ਅਤੇ ਇੱਕ ਤਾਂ ਐਂਬੂਲੈਂਸ ਜਿਹੜੀ ਹੈ ਉਹ ਵੈਂਟੀਲੇਟਰ ਵਾਲੀ ਐਂਬੂਲੈਂਸ ਜਿਹੜੀ ਹੈ ਉਹ ਇਹਨਾਂ ਨੇ ਡਿਮਾਂਡ ਕੀਤੀ। ਅਤੇ ਜਿਵੇਂ ਫਤਿਹਵੀਰ ਵਾਲੀ ਜਦੋਂ ਘਟਨਾ ਹੋਈ ਸੀਗੀ ਤਾਂ ਡੀ ਐਮ ਸੀ ਤੋਂ ਐਂਬੂਲੈਂਸ ਲੈ ਕੇ ਆਉਣੀ ਪਈ ਸੀ, ਉਹਦਾ ਕਾਫੀ ਖਰਚਾ ਉਹਦਾ ਪੰਜਾਬ ਸਰਕਾਰ ਨੂੰ ਪਿਆ। ਸੋ ਜੇ ਸਾਡੇ ਕੋਲ ਇੱਥੇ ਵੈਂਟੀਲੇਟਰ ਵਾਲੀ ਐਂਬੂਲੈਂਸ ਹੋਵੇ, ਉਹ ਮੈਂ ਐਮ ਪੀ ਲੈਡ 'ਚੋਂ ਪਹਿਲਾਂ ਵੀ ਐਂਬੂਲੈਂਸ ਦਿੱਤੀ ਸੀ ਮੈਂ ਸਵਰਾਜ ਮਾਜਦਾ ਜੀ, ਹੁਣ ਬਿਲਕੁਲ ਅਪਡੇਟਡ ਐਂਬੂਲੈਂਸ ਦੇਵਾਂਗੇ। ਅਤੇ ਟਰੋਮਾ ਸੈਂਟਰ ਇੱਥੇ ਖੋਲ੍ਹਣ ਦਾ ਪ੍ਰੋਜੈਕਟ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ, ਅਤੇ ਮੈਂ ਕੇਂਦਰੀ ਹੈਲਥ ਮਿਨਿਸਟਰ ਡਾਕਟਰ ਹਰਸ਼ ਵਰਧਨ ਜੀ ਕੋਲ ਜਾ ਕੇ ਮੈਂ ਉਹ ਪ੍ਰੋਜੈਕਟ ਜਿਹੜਾ ਸੰਗਰੂਰ ਦੇ ਇਸ ਹੋਸਪਿਟਲ ਵਾਸਤੇ ਟਰੋਮਾ ਸੈਂਟਰ ਦਾ ਲੈ ਕੇ ਆਵਾਂਗੇ, ਕਿਉਂਕਿ ਦੇਖੋ ਬਠਿੰਡੇ ਅਤੇ ਚੰਡੀਗੜ੍ਹ ਦੇ ਵਿਚਾਲੇ ਪੈਂਦਾ ਹੈ ਸੰਗਰੂਰ। ਜੇ ਕਿਸੇ ਨੂੰ ਬਠਿੰਡੇ ਤੋਂ ਰੈਫਰ ਕੀਤਾ ਚੰਡੀਗੜ੍ਹ ਜਾਂਦੇ ਜਾਂਦੇ ਉਹ ਜਿਹੜੇ ਜੇ ਸੰਗਰੂਰ ਇਲਾਜ ਹੋ ਜੂਗਾ ਤਾਂ ਉਹਦਾ ਟਾਈਮ ਉਹੀ ਬਚ ਜੂਗਾ, ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਬਹੁਤ ਸਾਰੀਆਂ।